दैनिक सवेरा अंधेरे से उजाले की ओर। देहात पुलिस ने किसानों और जमींदारों से ठगी मारने वाले गिरोह का पर्दाफाश करते हुए गिरोह के दो सदस्यों को काबू किया है। पुलिस ने बताया कि आरोपियों के कब्जे से 14 ट्रैक्टर बरामद किए गए हैं। इस मामले संबंधी प्रेस वार्ता के दौरान जानकारी देते हुए एसपी इन्वेस्टिगेशन हरकमलप्रीत सिंह खक ने बताया कि पकड़े गए आरोपियों की पहचान स्वर्णजीत सिंह निवासी न्यू मॉडल टाउन कॉलोनी मलसिया और गुरचरण सिंह निवासी नकोदर के रूप में हुई है। फिलहाल आरोपियों के खिलाफ मामला दर्ज कर आगे की कार्रवाई शुरू कर दी गई है। ਇਹਦਾ ਹੈਗਾ ਜੀ ਵੀ ਇਹ ਜਿਹੜਾ ਜਿਹੜਾ ਸਵਰਨਜੀਤ ਸਿੰਘ ਹੈਗਾ ਆ ਮਲਸੀਆਂ ਪਿੰਡ ਤੋਂ ਨਿਰਮਲ ਸਿੰਘ ਦਾ ਲੜਕਾ ਆ, ਇਹਨੇ ਛੋਟੇ ਜਿਹੜੇ ਜ਼ਿਮੀਂਦਾਰ ਆ ਜਿਨ੍ਹਾਂ ਨੇ ਆਪਣੀਆਂ ਜ਼ਮੀਨਾਂ ਦੇ ਉੱਤੇ ਲਾਉਣ ਲੈ ਕੇ ਛੋਟੇ ਛੋਟੇ ਟਰੈਕਟਰ ਲਏ ਹੋਏ ਆ, ਉਹਨਾਂ ਨੂੰ ਝਾਂਸੇ ਵਿੱਚ ਲਿਆ ਕੇ ਉਹਨਾਂ ਨੂੰ ਇਹ ਕਿਹਾ ਕਿ ਵੀ ਤੁਹਾਡੇ ਟਰੈਕਟਰ ਜਿਹੜੇ ਕਿਰਾਏ 'ਤੇ ਮੈਂ ਤੁਹਾਨੂੰ ਕਿਰਾਇਆ ਦਿਆ ਕਰੂੰਗਾ ਮਹੀਨੇ ਦਾ 20,000-21,000, ਉਹਨਾਂ ਨੂੰ ਲਾਲਚ ਵਿੱਚ ਲਿਆ ਕੇ ਜਿਹੜੇ ਟਰੈਕਟਰ ਲੈ ਗਿਆ, ਔਰ ਸਾਡੇ ਇਲਾਕੇ ਦੇ ਜਿਹੜੇ 10 ਮਹਿਤਪੁਰ ਇਲਾਕੇ ਦੇ ਟਰੈਕਟਰ ਹੈਗੇ ਉਹ ਲਿਆ ਕੇ ਜਿਹੜੇ ਇਹਨੇ ਵੇਚ ਦਿੱਤੇ। ਉਸ ਤੋਂ ਬਾਅਦ ਇਹ ਲਗਾਤਾਰ ਵਿਚਾਰੇ ਘਰਾਂ 'ਚ ਗੇੜੇ ਮਾਰਦੇ ਰਹੇ, ਪਰ ਇਹਨਾਂ ਦੇ ਘਰਦਿਆਂ ਨੇ ਵੀ ਜਿਹੜੀਆਂ ਧਮਕੀਆਂ ਦਿੱਤੀਆਂ ਵੀ ਅਸੀਂ ਤੁਹਾਡੇ ਟਰੈਕਟਰ ਨਹੀਂ ਦੇਣੇ, ਔਰ ਸਵਰਨਜੀਤ ਨੇ ਵੀ ਇਹਨਾਂ ਨੇ ਮਾਮਲਾ ਸਾਡੀ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਜਿਹਦੇ ਅਸੀਂ ਪ੍ਰੈਜੀਡੈਂਟ ਆ, ਮੇਰੇ ਧਿਆਨ ਵਿੱਚ ਅਤੇ ਸਾਥੀ ਸਤਪਾਲ ਸੋਤਾ ਜਿਹੜੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਹੈਗੇ ਆ ਜ਼ਿਲ੍ਹੇ ਦੇ, ਇਹਨਾਂ ਦੇ ਧਿਆਨ ਵਿੱਚ ਲਿਆਂਦਾ, ਤਾਂ ਅਸੀਂ ਇਹ ਫੌਰੀ ਜਿਹੜਾ ਮਾਮਲਾ ਆ ਐਸਪੀ ਡੀ ਸਾਹਿਬ ਦੇ ਧਿਆਨ 'ਚ ਲਿਆਂਦਾ ਹਰਕਮਲਪ੍ਰੀਤ ਸਿੰਘ ਖੱਖ, ਜਿਹਨਾਂ ਨੇ ਫੌਰੀ ਕਾਰਵਾਈ ਕਰਦੇ ਹੋਏ ਜਿਹੜੇ ਸਪੈਸ਼ਲ ਸਟਾਫ ਦੀ ਟੀਮ ਆ ਜਿਹਦੇ ਇੰਚਾਰਜ ਸ਼ਿਵ ਕੁਮਾਰ, ਜਿਹਨਾਂ ਨੇ ਬੜੀ ਜਿਹੜਾ ਇਹਨੂੰ ਤਨਦੇਹੀ ਦੇ ਨਾਲ ਜਿਹੜਾ ਇਹ ਬੰਦੇ ਨੂੰ ਫੜ ਕੇ ਜਲਦੀ ਤੋਂ ਜਲਦੀ ਜਿਹੜੇ ਟਰੈਕਟਰ ਬਰਾਮਦ ਕੀਤੇ ਆ। ਸਾਡੇ ਦੋ ਸਬ ਡਿਵੀਜ਼ਨ ਦੇ ਏਰੀਏ 'ਚ ਨਕੋਦਰ ਔਰ ਸ਼ਾਹਕੋਟ ਦੇ ਵਿੱਚ ਪਿਛਲੇ ਥੋੜ੍ਹੇ ਦਿਨਾਂ 'ਚ ਬੜੀ ਹਾਹਾਕਾਰ ਜ਼ਿਮੀਂਦਾਰ ਕਿਸਾਨਾਂ 'ਚ ਮੱਚੀ ਸੀ। ਦੋ ਠੱਗ ਜਿਹੜੇ ਸੀਗੇ ਉਸ ਏਰੀਏ 'ਚ ਸਰਗਰਮ ਹੋ ਗਏ, ਜਿਹੜੇ ਕਿਸਾਨਾਂ ਨੂੰ ਇਹ ਲਾਲਚ ਦਿੰਦੇ ਸੀ ਵੀ ਅਸੀਂ ਬੜੀ ਤਕੜੀ ਕੰਸਟਰਕਸ਼ਨ ਕੰਪਨੀ ਖੋਲ੍ਹੀ ਹੈ, ਸਾਨੂੰ ਉੱਥੇ ਟਰੈਕਟਰ ਟਰਾਲੀਆਂ ਦੀ ਲੋੜ ਹੈ ਅਤੇ ਤੁਹਾਡੇ ਟਰੈਕਟਰ ਅਸੀਂ ਕਿਰਾਏ 'ਤੇ ਲੈ ਲਾਂਗੇ ਅਤੇ 20-25,000 ਰੁਪਇਆ ਕਿਰਾਇਆ ਤੁਹਾਨੂੰ ਮਹੀਨੇ ਦਾ ਦਿਆ ਕਰਾਂਗੇ। ਬਕਾਇਦਾ ਉਹਨਾਂ ਨੇ ਇਹਦੇ ਲਈ ਐਗਰੀਮੈਂਟ ਸਾਈਨ ਕੀਤੇ ਉਹਨਾਂ ਨੂੰ ਭਰੋਸੇ 'ਚ ਲੈਣ ਲਈ ਕਿਸਾਨਾਂ ਨੂੰ। ਉਸ ਤੋਂ ਬਾਅਦ ਉਹ ਟਰੈਕਟਰ ਲੈ ਜਾਂਦੇ ਸੀ, ਇੱਕ ਦੋ ਕਿਸਾਨਾਂ ਦਾ ਭਰੋਸਾ ਜਿੱਤਣ ਲਈ ਉਹਨਾਂ ਨੇ ਪਹਿਲੀਆਂ 20-25,000 ਦੀਆਂ ਕਿਸ਼ਤਾਂ ਉਹਨਾਂ ਨੂੰ ਕਿਰਾਏ ਦੀਆਂ ਦਿੱਤੀਆਂ। ਉਸ ਤੋਂ ਬਾਅਦ ਉਹਨਾਂ ਨੇ ਉਹ ਟਰੈਕਟਰ ਜਿਹੜੇ ਹੈਗੇ ਆ ਜਾਅਲੀ ਕਾਗਜ਼ਾਤ ਬਣਾ ਕੇ ਅੱਗੇ ਵੇਚ ਕੋਸ਼ਿਸ਼ ਕੀਤੀ ਅਤੇ ਇਹਨਾਂ ਨੇ ਇਸ ਗੈਂਗ ਦੇ ਦੋ ਬੰਦਿਆਂ ਨੇ, ਇੱਕ ਬੰਦਾ ਜਿਹੜਾ ਹੈਗਾ ਉਹ ਗਵਾਹ ਬਣ ਜਾਂਦਾ ਸੀਗਾ ਐਗਰੀਮੈਂਟ ਦਾ, ਦੂਜਾ ਬੰਦਾ ਜਿਹੜਾ ਮੇਨ ਉਹ ਮਾਲਕ ਬਣ ਜਾਂਦਾ ਸੀ ਕੰਪਨੀ। ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ, ਸਾਡੇ ਸਪੈਸ਼ਲ ਬ੍ਰਾਂਚ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ, ਇਹਨਾਂ ਦੀ ਜਿਹੜੀ ਅਰੈਸਟ ਤੋਂ ਬਾਅਦ 14 ਟਰੈਕਟਰਾਂ ਦੀ ਰਿਕਵਰੀ ਹੋਈ ਹੈ। ਇਸ ਸੰਬੰਧ 'ਚ ਸਾਡੇ ਦੋ ਸਬ ਡਿਵੀਜ਼ਨਾਂ 'ਚ 13 ਪਰਚੇ ਦਰਜ ਸੀਗੇ ਜ਼ਿਮੀਂਦਾਰਾਂ ਵੱਲ। ਅੱਜ ਜ਼ਿਮੀਂਦਾਰ ਵੀ ਅਸੀਂ ਇੱਥੇ ਮੌਕੇ 'ਤੇ ਤੁਹਾਡੇ ਰੂਬਰੂ ਕਰਾਏ ਹੈ, ਉਹਨਾਂ ਨੂੰ ਪੁਲਿਸ ਦੀ ਇਸ ਉਪਲਬਧੀ ਦੇ ਨਾਲ ਬੜੀ ਵੱਡੀ ਰਾਹਤ ਮਿਲੀ ਹੈ।